सत्कारयोग साथियों, अज आपां सारे कुछ विचार करांगे। मैं तुहाडा साथी हरविंदर सिंह रजोवाल। अज मन विच ख्याल आया भी क्यों ना थोड़ा जिहा धार्मिक विचारां करिए। दोस्तों, बचपन दे विच आपां भी तां आम परिवारां वांगू ही जमे पले हाँ। जिस तरह का घर विच माहौल सी, उदां दीआं पूजा आस्थावां करदे करदे वड्डे होए हाँ। मैं भी दसना चाहुंदा कि साडे परिवार दे विच कोई एक कॉर्नर दे उत्ते जगह भी बनी हुई सी, उहनूं भी असीं पूजदे हुंदे सी। उस तों बाद बाबयां दे जाणा, पहाड़ां 'च जाणा, पूजा करनी, उहदे नाल नाल घर दे विच एक रीत सी पाठ करना, पाठ भी कीता। बाणी हुण भी सानूं चंगी लगती है, सत्कार करते हैं असीं बाणी का। तो फिर तर्कशील साहित पढ़िया, वो पढ़ के धार्मिक लाइन दे विच खोज करते करते बड़ी दूर तक पहुँचे। अखीर में बाबा साहब का जो सिद्धांत पढ़िया, बाबा साहब का सिद्धांत है जिहड़ा, ना तो ही आपां नूं पूरा नास्तिक कह सकते हैं, ना ही आपां उन्हां नूं आस्तिक कह सकते हैं। बाबा साहब का सिद्धांत बंदे नूं मानसिक गुलामी दे विचों इक कढ़न दा सिद्धांत है। जो नवां सोध्या है रूप है, जो बुद्ध का सिद्धांत है, बहुत पुराना भारत का सिद्धांत, वो तो सोध्या है रूप है जो बाबा साहब का सिद्धांत है, बाबा साहब डॉक्टर भीम राव अंबेडकर साहब का। तो मैं एक गल करनी चाहुंदा कि एक बार असीं बैठे सी दो दोस्त गल्लां करदे करदे, गुरबाणी विचार करदे सी। गुरबाणी विचार करद्या करद्या जो साढ़े सामने बैठे सी साढ़े भाई साहब, तो आप सारे संसार दे विच भरा हाँ मानव जाति दे, जो खास करके साड़ी भाषा जानते हैं वो सानू तो भी ज़्यादा प्यारे लगते हैं, क्योंकि एक दूजे की गल नूं समझते हैं, जे भावना नूं समझते तो भी वड्डी गल आ। ਅਸੀਂ ਦੋਸਤ ਗੱਲਾਂ ਕਰਦੇ ਸੀ ਵੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿੱਡੀ ਵੱਡੀ ਆਪਣੀ ਨੂੰ ਬਾਣੀ ਦਿੱਤੀ ਹੈ। ਸਭ ਤੋਂ ਜ਼ਿਆਦਾ ਬਾਣੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਔਰ ਬਾਕੀ ਭਗਤਾਂ ਦੀ ਜੋ ਬਾਕੀ ਪੈਗੰਬਰਾਂ ਦੀ, ਆਪਾਂ ਤਾਂ ਉਹਨਾਂ ਨੂੰ ਵੀ ਸਤਿਗੁਰ ਕਹਾਂਗੇ, ਉਹਨਾਂ ਸਤਿਗੁਰੂਆਂ ਦੀ ਬਾਣੀ ਵੀ ਇਹਦੇ ਵਿੱਚ ਦਰਜ ਕੀਤੀ, ਜੋ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋਏ। ਉਹ ਸਾਰੀ ਇਕੱਠੀ ਕਰਕੇ ਇੱਕ ਆਦਿ ਗ੍ਰੰਥ, ਜਿਸ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਬਣਾਇਆ। ਉਹ ਇੱਥੇ ਆਪਾਂ ਦੁਕਾਨ 'ਚ ਬੈਠੇ ਹਾਂ, ਜੇ ਆਪਾਂ ਗੁਰੂ ਘਰ ਬੈਠੇ ਹੁੰਦੇ ਤਾਂ ਸ਼ਾਇਦ ਆਪਾਂ ਸਿਰ ਵੀ ਢੱਕਿਆ ਹੋਣਾ ਸੀ ਗੱਲ ਕਰਦੇ, ਪੂਰੇ ਮਰਿਆਦਾ 'ਚ ਬਹਿੰਦੇ। ਅਸੀਂ ਗੱਲ ਕਰਦੇ ਸੀ ਵੀ ਉਹਨਾਂ ਨੇ ਫਿਰ ਵੀ ਲਿਖਿਆ, ਅਸੀਂ ਰੋਜ਼ ਰਹਿ ਰਸ ਦੇ ਵਿੱਚ ਸੁਣਦੇ ਹਾਂ, ਤੇਰਾ ਕੀਤਾ ਜਤੋਂ ਨਾਹੀਂ ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਆਰੇ ਕੋਗਣ ਨਾਹੀ, ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ, ਤਨ ਮਨ ਜੀਵੇ ਜੀਵੇ ਹਰਿਆ। ਉਹਦੇ ਭਾਵ ਅਰਥ ਕਿੱਡੇ ਵੱਡੇ ਹਨ ਕਿ ਉਹ ਦਾਅਵਾ ਨਹੀਂ ਕਰਦੇ ਕਿ ਮੈਂ ਬਹੁਤ ਵੱਡਾ ਸਿੱਖ ਹਾਂ, ਮੈਂ ਬਹੁਤ ਵੱਡਾ ਵਿਦਵਾਨ ਹਾਂ। ਉਹ ਕਹਿੰਦਾ ਤੇਰੇ ਕਿੱਤੇ ਨੂੰ ਮੈਂ ਜਾਣ ਨਹੀਂ ਸਕਦਾ, ਤੇਰਾ ਕੀਤਾ ਜਤੋਂ ਨਾਹੀਂ ਤੇਰੇ ਕੀਤੇ ਹੋਏ ਦਾ ਮੈਨੂੰ ਕੋਈ ਗਿਆਨ ਨਹੀਂ। ਹੇ ਪਰਮਾਤਮਾ, ਤੂੰ ਤਾਂ ਧਰਤੀ ਨੂੰ ਘੁਮਾਉਣਾ, ਸੂਰਜ ਨੂੰ ਚਲਾਉਣਾ, ਤੂੰ ਵੱਡੇ ਵੱਡੇ ਪੂਰੇ ਬ੍ਰਹਿਮੰਡ ਨੂੰ ਚਲਾ ਰਿਹਾ, ਐਡਾ ਵੱਡਾ। ਗੁਰੂ ਨਾਨਕ ਦੇਵ ਜੀ ਵੀ ਲਿਖਦੇ ਹਨ, ਸੁਣ ਵੱਡਾ ਆਖੇ ਸਭ ਹੋਏ ਕੇਵਲ ਵੱਡਾ ਡੀਠਾ ਹੋਏ।
ਇਹ ਗੁਰੂ ਸਿਧਾਂਤ ਦੇ ਟਾਈਮ ਕੋਈ ਸਕੂਲ ਕਾਲਜ ਯੂਨੀਵਰਸਿਟੀਆਂ ਵੀ ਹੈ ਨਹੀਂ ਸੀ, ਸਾਨੂੰ ਪੜ੍ਹਨ ਦਾ ਅਧਿਕਾਰ ਵੀ ਹੈ ਨਹੀਂ ਸੀ। ਗੁਰੂਆਂ ਨੇ ਕੋਈ ਅੰਧ ਭਗਤੀ ਲਹਿਰ ਨਹੀਂ ਚਲਾਈ, ਇੱਕ ਗੁਰੂ ਅਤੇ ਸਿੱਖ, ਗੁਰੂ ਸਿਖਾਉਣ ਵਾਲਾ ਸਿੱਖ ਸਿੱਖਣ ਵਾਲਾ, ਇੱਕ ਐਸੀ ਲਹਿਰ ਚਲਾਈ, ਲੋਕਾਂ ਨੂੰ ਸਿੱਖਣ ਦਾ ਅਧਿਕਾਰ ਉਦੋਂ ਮਿਲਿਆ ਜੋ ਉਹਨਾਂ ਨੇ ਆਪ ਹੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਨੂੰ ਸਿੱਖ ਲਹਿਰ ਕਹਿੰਦੇ ਆ, ਗੁਰੂ ਤੋਂ ਸਿੱਖਣਾ, ਇੱਕ ਦੱਬਿਆ ਕੁਚਲਿਆ ਸਮਾਜ ਜਿਸ ਨੂੰ ਸਿੱਖਣ ਦਾ ਅਧਿਕਾਰ ਹੀ ਹੈ ਨਹੀਂ। ਸਿੱਖਣ ਦਾ ਅਧਿਕਾਰ ਕੇਵਲ ਅਤੇ ਕੇਵਲ ਇੱਕ ਬ੍ਰਾਹਮਣ ਨੂੰ ਸੀ ਉਸ ਟਾਈਮ, ਉਸ ਵਕਤ ਇਹਨਾਂ ਨੇ ਹਰ ਲਈ ਸਿੱਖਣ ਦੇ ਦਰਵਾਜ਼ੇ ਖੋਲ੍ਹੇ, ਗੁਰੂ ਬਣ ਕੇ ਲੋਕਾਂ ਨੂੰ ਪੜ੍ਹਾਇਆ, ਲਿਖਾਇਆ, ਸਿਖਾਇਆ, ਸਿੱਖਣ ਵਾਲੇ ਸਿੱਖ ਬਣ। ਤੇਰਾ ਕੀਤਾ ਜਾਤੋਂ ਨਾ ਹੀ ਮੈਨੂੰ ਯੋਗ ਜਤੋਈ, ਤੇਰੇ ਕੀਤੇ ਨੂੰ ਮੈਂ ਜਾਣ ਨਹੀਂ ਸਕਦਾ, ਮੈਨੂੰ ਇਹਦੀ ਜੋ ਕੋਈ ਯੋਗ ਜੁਗਤ ਵੀ ਹੈ ਨਹੀਂ। ਮੈਨੂੰ ਯੋਗ ਜਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਮੇਰੇ ਕੋਲ ਕੋਈ ਗੁਣ ਵੀ ਹੈ ਨਹੀਂ, ਮੈਂ ਨਿਰਗੁਣ ਹਾਂ। ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਗੁਰੂ ਦੇ ਨੇ ਮੇਰੇ 'ਤੇ ਤਰਸ ਕੀਤਾ, ਮੈਨੂੰ ਸਿੱਖਿਆ ਦਿੱਤੀ, ਆਪੇ ਤਰਸ ਪਿਓਈ। ਤੇਰਾ ਕੀਤਾ ਜਾਤੋਂ ਨਾ ਹੀ ਮੈਨੂੰ ਜੋ ਕਤੋਈ, ਮੈਂ ਨਿਰਗੁਣ ਯਾਰੇ ਕੋਕਣ ਨਾ ਹੀ ਆਪੇ ਤਰਸ ਪਿਓਈ, ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰੂ ਸੱਜਣ ਮਿਲਿਆ। ਜਦੋਂ ਮੇਰੇ 'ਤੇ ਤਰਸ ਕੀਤਾ ਨਾ, ਮੈਨੂੰ ਸਤਿਗੁਰੂ ਸੱਜਣ, ਮੈਨੂੰ ਇੱਕ ਮਿੱਤਰ ਮਿਲ ਕੇ ਸਤਿਗੁਰੂ ਮਿਲਿਆ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਜੀਵੇ ਹਰਿਆ। ਹੁਣ ਮੈਨੂੰ ਇਹ ਗਿਆਨ ਜਦੋਂ ਮਿਲਿਆ ਹੈ, ਹਮੇਸ਼ਾ ਮੈਨੂੰ ਯਾਦ ਰਹੇ, ਜੋ ਗੁਰੂ ਨੇ ਮੈਨੂੰ ਸਿਖਾ ਤਾ ਨਾ ਉਹ ਹਮੇਸ਼ਾ ਯਾਦ ਰਹੇ। ਜੇ ਇਹ ਜੇ ਮੈਨੂੰ ਭੁੱਲ ਗਿਆ ਨਾ ਤਾਂ ਮੈਂ ਅਨਪੜ੍ਹ ਵਰਗਾ ਹੀ ਹਾਂ, ਅਨਪੜ੍ਹ ਨੂੰ ਇੱਕ ਕਾਲਾ ਅੱਖਰ ਮੱਝ ਬਰਾਬਰ ਕਹਿੰਦੇ। ਸੋ ਐਡੀ ਵੱਡੀ ਗੱਲ ਲੈ ਕੇ ਫਿਰ ਵੀ ਉਹਨਾਂ ਨੇ ਆਪਣੇ ਆਪ ਨੂੰ, ਇੱਕ ਮਨ ਨੂੰ ਨੀਵਾਂ ਰੱਖਿਆ, ਇੱਕ ਦਾਅਵਾ ਨਹੀਂ ਕੀਤਾ ਕਿ ਮੈਂ ਬਹੁਤ ਵੱਡਾ ਸਿੱਖ ਹਾਂ ਜਾਂ ਸਰਦਾਰ ਹਾਂ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਅਤੇ ਬਾਕੀ ਉਹਨਾਂ ਦੀ ਕੁਰਬਾਨੀਆਂ ਦੇਖ ਕੇ ਤਾਂ ਆਪਣਾ ਮਨ ਝੁੱਕੀ ਜਾਂਦਾ, ਉਹ ਤਾਂ ਤੁਸੀਂ ਬੋਲੀ ਨਹੀਂ ਪਾ ਸਕਦੇ। ਸਾਨੂੰ ਕਹਾਣੀ ਸੁਣਾਉਣੀ ਬਹੁਤ ਔਖੀ ਹੈ, ਤੱਤੀਆਂ ਤਵੀਆਂ ਦੇ ਬੈਠਣਾ ਦੇ ਗੰਦ ਵਿੱਚ ਉੱਭਣਾ ਬਹੁਤ ਵੱਡੀ ਹੈ। ਅਤੇ ਅੱਗੇ ਜਦੋਂ ਅਸੀਂ ਗੱਲ ਕਰਦੇ ਕਰਦੇ ਸਾਹਮਣੇ ਬੈਠੇ ਦੋ ਸਾਡੇ ਖਾਲਸੇ ਨੇ ਘਬਰਾ, ਉਹ ਸਾਬਤ ਸੂਰਤ ਖਾਲਸੇ ਜਿਹਨਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ, ਉਹ ਸਾਡੇ ਸਾਹਮਣੇ ਬੈਠੇ ਸੀ। ਅਤੇ ਉਹਨਾਂ ਦੇ ਵਿੱਚੋਂ ਇੱਕ ਬੋਲਿਆ ਸਾਡੀ ਗੱਲ ਸੁਣ ਕੇ, ਕਿਉਂਕਿ ਅਸੀਂ ਇੱਦਾਂ ਹੀ ਬੈਠੇ ਸੀ ਜਿੱਦਾਂ ਹੁਣ ਮੈਂ ਬੈਠਾ ਸਿਰ ਤੋਂ ਮੋਨਾ ਹੀ। ਉਹ ਕਹਿੰਦਾ ਦੇਖੋ ਜੀ, ਗੱਲਾਂ ਤਾਂ ਤੁਸੀਂ ਗੁਰਬਾਣੀ ਦੀਆਂ ਕਰਦੇ ਹਾਂ, ਪਰ ਗੁਰਬਾਣੀ ਤੋਂ ਵੱਡਾ ਕੋਈ ਨਹੀਂ। ਅਤੇ ਸਾਡੇ ਮਨ ਵਿੱਚ ਆਇਆ ਵੀ ਖਾਲਸੇ ਨਿਹੰਗਾ ਪਤਾ ਨਹੀਂ ਕਿਹੜੇ ਰਿਐਕਸ਼ਨ ਕਰਨਗੇ, ਅਤੇ ਪਰ ਮਨ ਦੇ ਵਿੱਚ ਸੱਚ ਸੀ, ਅਸੀਂ ਕਿਹੜਾ ਕੋਈ ਗਲਤ ਕਹਿੰਦੇ ਸੀ। ਅਤੇ ਸੱਚ ਜਿਹੜਾ ਹੁੰਦਾ ਨਾ ਫਿਰ ਉਹ ਡੋਲਦਾ ਨਹੀਂ। ਅਸੀਂ ਮੈਂ ਮੇਰੇ ਮੂੰਹ 'ਚੋਂ ਨਿਕਲ ਗਿਆ, ਮੈਂ ਖਾਲਸਾ ਜੀ ਵੀ ਤੁਸੀਂ ਕਹਿੰਦੇ ਹੋ ਗੁਰਬਾਣੀ ਤੋਂ ਵੱਡਾ ਕੋਈ ਨਹੀਂ, ਪਰ ਮੇਰਾ ਇੱਕ ਤਜਰਬਾ ਵਾ ਵੀ ਗੁਰਬਾਣੀ ਤੋਂ ਵੱਡੇ ਨੈਗੇਟਿਵ ਵੀ ਹੈਗੇ, ਪੋਜ਼ਿਟਿਵ ਵੀ ਹੈਗੇ। ਉਹ ਕਹਿੰਦਾ, ਉਹਦੇ ਨਾਲ ਦਾ ਬੋਲਿਆ, ਤੂੰ ਨੈਗੇਟਿਵ ਦੱਸ ਕਿਹੜੇ ਵੱਡੇ ਆ। ਮੇਰੇ ਮੂੰਹ 'ਚੋਂ ਨਿਕਲਿਆ, ਮੈਂ ਕਿਹਾ ਖਾਲਸਾ ਜੀ, ਜਿਹੜੇ ਲੋਕ ਬਾਣੀ ਪੜ੍ਹਨ ਦਾ ਜਾਂ ਇਹਨੂੰ ਪੂਜਣ ਦਾ ਦਿਖਾਵਾ ਕਰਕੇ ਇਹਨੂੰ ਕਮਾਈ ਦਾ ਸਾਧਨ ਸਮਝਦੇ ਆ ਨਾ, ਉਹ ਨੈਗੇਟਿਵ ਵੱਡੇ ਆ। ਲੋਕਾਂ ਨੂੰ ਸੱਚ ਤਾਂ ਦੱਸਦੇ ਨਹੀਂ ਗੁਰਬਾਣੀ ਵਿੱਚ ਲਿਖਿਆ ਕੀ ਹੈ, ਸਿਰਫ ਇਹਦੀ ਪੂਜਾ ਦੇ ਚੜਾਵਾ, ਉਹਦੇ 'ਤੇ ਸਿਰ 'ਤੇ ਉਹ ਐਸ਼ ਕਰਦੇ ਆ, ਆਪਣਾ ਪਰਿਵਾਰ ਚਲਾਉਂਦੇ ਚੱਲ ਜਿੱਦਾਂ ਮਰਜ਼ੀ ਆ, ਪਰ ਇਹਨੂੰ ਕਮਾਈ ਦਾ ਸਾਧਨ ਹੀ ਸਮਝਿਆ ਹੋਇਆ ਉਹਨਾਂ ਨੇ, ਉਹ ਨੈਗੇਟਿਵ ਵੱਡੇ ਆ। ਉਹ 'ਤੇ ਆਪਾਂ ਵੀ ਨਹੀਂ ਕੁਛ ਕਰ ਸਕਦੇ, ਕੋਈ ਹੋਰ ਵੀ ਨਹੀਂ ਕੁਛ ਕਰ ਸਕਦਾ, ਉਹ ਨੈਗੇਟਿਵ ਵੱਡੇ ਆ। ਮੈਂ ਉਹਨੂੰ ਚੰਗੇ ਵਧੀਆ ਵੱਡੇ ਨਹੀਂ ਕਹਿੰਦਾ, ਨੈਗੇਟਿਵ ਵੱਡੇ ਬਣੇ ਹੋਏ ਆ ਜੋ ਗਲਤ ਆ। ਅਤੇ ਹੁਣ ਉਹਨਾਂ ਨੂੰ ਯਕੀਨ ਜਿਹਾ ਹੋ ਗਿਆ, ਪਰ ਉਹਨਾਂ ਨੇ ਅਗਲਾ ਸ਼ਬਦ ਪ੍ਰਸ਼ਨ ਪੁੱਛਣਾ ਸੀ, ਉਹ ਮੈਂ ਆਪੇ ਬੋਲ ਦਿੱਤਾ। ਮੈਂ ਕਿਹਾ ਖਾਲਸਾ ਜੀ, ਹੁਣ ਪੋਜ਼ਿਟਿਵ ਵੱਡੇ ਦੀ ਗੱਲ ਕਰਦੇ ਆਪਾਂ। ਪੋਜ਼ਿਟਿਵ ਵੱਡੇ ਉਹ ਆ ਜਿਹੜੇ ਆਪਣੇ ਇਨਸਾਨਾਂ ਵਾਂਗੂ ਜਨਮ ਲਿਆ, ਧਰਤੀ 'ਤੇ ਆਏ, ਉਹਨਾਂ ਨੇ ਜੋ ਸਿੱਖਿਆ ਉਹ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਆਪਣਾ ਜੀਵਨ ਸੰਘਰਸ਼ ਸਾਰਾ ਉਹੋ ਜਿਹਾ ਹੀ ਬਣਾਇਆ ਜਿਹੋ ਜਿਹੀ ਸਿੱਖਿਆ ਸਾਨੂੰ ਦੇਣੀ ਚਾਹੁੰਦੇ ਸੀ। ਉਹਦੇ ਲਈ ਉਹਨਾਂ ਨੇ ਕੁਰਬਾਨੀਆਂ ਵੀ ਦਿੱਤੀਆਂ, ਉਹਨਾਂ ਨੇ ਜੋ ਸ਼ਬਦ ਲਿਖੇ ਆ ਨਾ ਉਹ ਗੁਰਬਾਣੀ ਬਣੀ ਹੈ, ਜੋ ਨਾ ਆਉਂਦੇ ਧਰਤੀ 'ਤੇ ਤਾਂ ਗੁਰਬਾਣੀ ਸਾਡੇ ਕੋਲ ਕਿੱਥੋਂ ਹੋਣੀ ਸੀ। ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਜਿਨ੍ਹਾਂ ਨੇ ਬਾਣੀ ਲਿਖੀ ਆ ਨਾ, ਉਹ ਗੁਰਬਾਣੀ ਤੋਂ ਵੱਡਿਆ, ਕਿਉਂਕਿ ਗੁਰਬਾਣੀ ਤੋਂ ਪਹਿਲਾਂ ਆਇਆ। ਉਹਦਾ ਵੀ ਦੇਖ ਲਵਾਂਗੇ ਤਾਂ ਜਿਹੜੀ ਗੁਰਬਾਣੀ ਆ ਉਹ 11ਵਾਂ ਗੁਰੂ ਆਮ ਤੌਰ 'ਤੇ ਸਿੱਖ ਸਮਾਜ ਮੰਨਦਾ, ਗੁਰੂ ਮੈਸੇਜ ਤੋਂ ਬਾਅਦ 11ਵਾਂ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਠੀਕ ਆ। ਇੱਥੇ ਤੋਂ ਹਿਸਾਬ ਨੂੰ ਫਿਰ ਜਿਹੜੇ 10 ਵੱਡੇ ਆ
ਅਤੇ ਜਿਹੜੇ ਗੁਰਬਾਣੀ 10 ਵੱਡੇ ਹੋ ਗਏ ਤਾਂ ਉਹ ਵੱਡੇ ਹੋ ਗਏ ਨਾ, 11ਵੇਂ ਤੋਂ 10 ਵੱਡੇ ਹੋ ਗਏ ਨਾ। ਇਸੇ ਤਰ੍ਹਾਂ ਸਤਿਕਾਰ ਅਸੀਂ ਕਰਦੇ ਹਾਂ ਗੁਰਬਾਣੀ ਤੋਂ ਵੱਡੇ, ਪਹਿਲਾਂ ਉਹ ਨਾ ਆਉਂਦੇ ਤਾਂ ਗੁਰਬਾਣੀ ਨਹੀਂ ਸੀ ਰਚ ਹੋਣੀ, ਸਾਡੇ ਤੱਕ ਪਹੁੰਚਣੀ ਨਹੀਂ। ਹਾਂ ਗੁਰਬਾਣੀ ਤੋਂ ਵੀ ਵੱਡਾ ਜੀ, ਉਹਨਾਂ ਤੋਂ ਵੀ ਵੱਡਾ, ਉਹ ਜਿਹੜੇ ਸਾਡੇ ਪੈਗੰਬਰ ਆਏ ਆ ਨਾ, ਸਾਡੇ ਸਤਿਕਾਰਯੋਗ ਸਤਿਗੁਰੂ ਸਾਡੇ ਆਏ ਆ ਦੁਨੀਆ 'ਤੇ, ਉਹਨਾਂ ਤੋਂ ਵੀ ਵੱਡਾ, ਉਹ ਮੈਂ ਨਹੀਂ ਕਹਿੰਦਾ, ਖੁਦ ਕਹਿੰਦੇ ਆ, ਉਹ ਹੈ ਪੂਰੀ ਬ੍ਰਹਿਮੰਡ ਦੇ ਵਿੱਚ ਸਮਾਇਆ ਹੋਇਆ ਇੱਕ, ਜਿਸ ਨੂੰ ਏਕ ਓਂਕਾਰ ਕਿਹਾ, ਉਸ ਤੋਂ ਵੱਡਾ ਤਾਂ ਕੋਈ ਵੀ ਹੈ ਨਹੀਂ, ਉਹ ਸਭ ਤੋਂ ਵੱਡਾ। ਉਧਰ ਨੂੰ ਸਾਡਾ ਧਿਆਨ ਨਹੀਂ ਜਾਂਦਾ, ਜਦੋਂ ਸਾਡਾ ਉਧਰ ਨੂੰ ਧਿਆਨ ਲੱਗ ਜਾਂਦਾ ਨਾ, ਸਾਰੇ ਸਾਰੇ ਸੰਸਾਰ ਸਾਨੂੰ ਇੱਕ ਲੱਗਣ ਲੱਗ ਜਾਣਾ, ਸਾਰੇ ਸੰਸਾਰ ਹੀ ਸਾਡਾ, ਕੋਈ ਜਾਤ ਪਾਤ ਖਤਮ, ਧਰਮ ਨਫਰਤ ਖਤਮ, ਸਾਰਾ ਇਨਸਾਨ ਇਨਸਾਨ, ਜੋ ਜਾਨਵਰ ਜਾਨਵਰ, ਪੰਛੀ ਆਪਣੀ ਜ਼ਿੰਦਗੀ ਜਿਉਂਦਾ ਆਪਣੇ ਤਰੀਕੇ ਨਾਲ ਜਿਉਂਦਾ, ਪਸ਼ੂ ਪਾਲਦੇ ਹਾਂ ਅਸੀਂ, ਉਹ ਆਪਣੀ ਜ਼ਿੰਦਗੀ ਜਿਉਂਦੇ ਆ, ਆਪਣੀ ਆਪਣੀ ਜ਼ਿੰਦਗੀ ਜਿਉਂਦੇ। ਜਿੰਨਾ ਕੁ ਰਿਸ਼ਤਾ ਸਾਡਾ ਪਸ਼ੂ ਹੋਣਾ, ਉਨਾ ਕੀ ਰਹਿਣਾ ਚਾਹੀਦਾ ਸਾਡਾ, ਜੋ ਸਾਡੀ ਡਿਊਟੀ ਇਸ ਅਕਾਲ ਪੁਰਖ ਬ੍ਰਹਿਮੰਡ ਦੇ ਵਿੱਚ ਲੱਗੀ ਹੋਈ ਹੈ ਨਾ, ਇਹ ਧਰਤੀ 'ਤੇ ਲੱਗੀ ਹੋਈ, ਅਸੀਂ ਉਹ ਇਨਸਾਨ ਬਣ ਕੇ ਨਿਭਾਉਣੀ ਹੈ, ਅਸੀਂ ਇਨਸਾਨ ਨੂੰ ਇਨਸਾਨ ਦਾ ਭਰਾ ਸਮਝਣਾ। ਸੋ ਖਾਲਸਾ ਦੋਸਤੋ, ਉਹ ਜੋ ਖਾਲਸਾ ਨਿਹੰਗ ਸਿੰਘ ਸੀਗੇ ਸਾਡੇ ਸਾਹਮਣੇ ਬੈਠੇ, ਉਹਨੂੰ ਇੱਦਾਂ ਲੱਗਿਆ, ਬੜੀ ਖੁਸ਼ੀ ਹੋਈ, ਤਸੱਲੀ ਹੋ ਗਈ ਉਹਨਾਂ ਦੀ। ਉਹਨੇ ਜਦੇ ਆਪਣੇ ਨਾਲ ਦੇ ਨੂੰ ਕਿਹਾ ਵੀ ਦੁੱਧ ਬਣਾ ਕੇ ਲਿਆ, ਆਪਾਂ ਇਹਨਾਂ ਨੂੰ ਭਾਈ ਸਾਹਿਬ ਨਾਲ ਦੁੱਧ ਪਿਲਾਉਣਾ। ਉਹਨਾਂ ਨੇ ਦੁੱਧ ਪਿਲਾਇਆ, ਸਾਨੂੰ ਬੜੀ ਖੁਸ਼ੀ ਹੋਈ। ਅੱਜ ਵੀ ਸਾਡੇ ਨਾਲ ਉਸ ਸਮੇਂ ਦਾ ਸਾਥੀ ਜਗਸੀਰ ਸਿੰਘ ਜੀ ਖਾਲਸਾ, ਜੋ ਮੁੱਲਾਪੁਰ ਰਹਿੰਦੇ ਹਨ, RTI ਵਰਕਰ ਨੇ, ਸਮਾਜ ਸੇਵਕ ਨੇ, ਬਹੁਤ ਤਗੜੇ, ਖਬਰਾਂ 'ਚ ਆਉਂਦਾ ਰਹਿੰਦਾ, ਉਹ ਮੇਰੇ ਸਾਥੀ ਨੇ। ਅਸੀਂ ਉਸ ਵਕਤ ਇੰਨਾ ਸਾਡਾ ਪਿਆਰ ਬਣਿਆ ਗੁਰਬਾਣੀ ਵਿਚਾਰਾਂ 'ਤੇ, ਕਿਉਂ ਉਹ ਅੱਜ ਵੀ ਖਾਲਸਾ ਸਾਬਤ ਸੂਰਤ ਦੇ ਵਿੱਚ ਰਹਿੰਦੇ ਆ, ਅਤੇ ਬਹੁਤ ਵਧੀਆ ਤਰੀਕੇ ਨਾਲ ਅਸੀਂ ਗੱਲਾਂ ਕਰਦੇ ਰਹਿੰਦੇ ਹੁੰਦੇ ਸੀਗੇ ਉੱਥੇ। ਇੱਕ ਵਾਰੀ ਕਿਤੇ ਹੋਰ ਘਟਨਾ ਦੱਸਦੇ ਹਾਂ ਵੀ ਦੋ ਗ੍ਰੰਥੀ ਸਿੰਘ ਆਪਸ ਵਿੱਚ ਸੇਵਾ ਦੇ ਪਿੱਛੇ ਥੋੜ੍ਹਾ ਜਿਹਾ ਤਕਰਾਰ ਹੋ ਗਿਆ, ਉਹ ਸਾਨੂੰ ਉੱਥੇ ਫੈਸਲਾ ਕਰਾਉਣ ਜਾਣਾ ਪੈ ਗਿਆ, ਜਦਕਿ ਮੈਂ ਉਸ ਟਾਈਮ ਕਲੀਨ ਸੇਫ ਹੁੰਦਾ ਸੀਗਾ। ਸਿਰ ਢੱਕ ਕੇ ਅਸੀਂ ਗੁਰਦੁਆਰਾ ਸਾਹਿਬ ਗਏ, ਉੱਥੇ ਬੈਠੇ ਬੈਠੇ ਜਦੋਂ ਗੱਲ ਚੱਲੀ ਤਾਂ ਮੇਰੇ ਮੂੰਹ 'ਚੋਂ ਨਿਕਲ ਗਿਆ ਵੀ ਜੇ ਸਾਨੂੰ ਗੁਰਬਾਣੀ ਸਮਝ ਲੱਗ ਜਾਵੇ ਤਾਂ ਸਾਡਾ ਜਿਹੜੇ ਝਗੜੇ ਖਤਮ ਹੋ ਜਾਣ। ਅਤੇ ਉਹ ਸਾਰੇ ਹੈਰਾਨ ਹੋ ਗਏ ਮੇਰੀ ਗੱਲ ਸੁਣ ਕੇ ਵੀ ਗੁਰਬਾਣੀ ਦੇ ਵਿੱਚ ਗੱਲ ਤਾਂ ਭਾਈ ਸਾਹਿਬ ਸਿੰਘਾਂ ਦੀ ਆ, ਆਪਸ ਵਿੱਚ ਜਿਹੜੇ ਤਕਰਾਰ ਹੋਇਆ ਇਹ ਗੁਰਬਾਣੀ ਦੀ ਗੱਲ ਕਰਦੇ ਆ, ਮੇਰੇ ਮੂੰਹ 'ਚ ਵਿੱਚੋਂ ਨਿਕਲ ਗਿਆ ਪੰਚਾਂ ਕਾ ਗੁਰ ਏਕ ਧਿਆਨ, ਪੰਚੇ ਪਾਵੇ ਦਰਗੇ ਮਾਨ। ਜੇ ਪੰਚੇ ਪੰਚੀ ਪੰਚ ਦਾ ਮਤਲਬ ਕੀ ਆ, ਸੰਸਕ੍ਰਿਤ ਦਾ ਸ਼ਬਦ ਹੈਗਾ ਪੰਚੀਕਰਨ, ਰਜਿਸਟਰੇਸ਼ਨ ਆਪਾਂ ਜਿਹੜੀ ਕਰਾਉਂਦੇ ਹਾਂ ਲੋਕਾਂ ਤੋਂ, ਪੰਚੀਕਰਨ ਕਰਾਉਂਦੇ ਹਾਂ, ਨਾਮ ਦਰਜ ਕਰਾਉਣਾ। ਜਦੋਂ ਅਸੀਂ ਨਾਮ ਦਰਜ ਗੁਰੂ ਦੇ ਚਰਨਾਂ 'ਚ ਕਰਾ ਲਿਆ ਨਾ ਵੀ ਅੱਜ ਤੋਂ ਬਾਅਦ ਮੈਂ ਤੇਰਾ ਸਿੱਖ ਹਾਂ, ਫਿਰ ਸਾਡਾ ਤਾਂ ਗੁਰੂ ਇੱਕ ਹੋ ਗਿਆ, ਫਿਰ ਸਾਡੀ ਲੜਨ ਦੀ ਜਿਹੜੀ ਚਾਹ ਬਹੁਤ ਰਹੀ ਹੈਗੀ, ਤਕਰਾਰ ਉਹ ਤਾਂ ਬਿਲਕੁਲ ਖਤਮ ਹੋ ਗਈ। ਪਰ ਅਸੀਂ ਆਪਣਾ ਨਾਮ ਦਰਜ ਕਰਾਇਆ ਨਹੀਂ, ਮਨ ਦੇ ਵਿੱਚੋਂ ਅਸੀਂ ਦਰਜ ਨਹੀਂ ਕਰਾਇਆ, ਸਿਰਫ ਦਿਖਾਵੇ ਨੂੰ ਕਰਾਇਆ ਹੈ। ਜਦੋਂ ਅਸੀਂ ਪੂਰਾ ਦਰਜ ਕਰਾਵਾਂਗੇ ਨਾ, ਫਿਰ ਪਾਠੀ ਪਾਠ ਕਰੂਗਾ, ਸਾਨੂੰ ਘਰ ਬੈਠੇ ਨੂੰ ਸਮਝ ਲੱਗੂਗੀ ਵੀ ਇਹ ਬਾਣੀ ਕਹਿੰਦੀ ਕੀ ਹੈ। ਅੱਜ ਵੀ ਅਸੀਂ ਘਰ ਬੈਠੇ ਹੁੰਦੇ ਹਾਂ, ਅਸੀਂ ਕੋਠੇ 'ਤੇ ਚੜ੍ਹ ਜਾਈਦਾ ਸਵੇਰੇ ਸਵੇਰੇ, ਗੁਰਬਾਣੀ 'ਚ ਪਾਠੀ ਪਾਠ ਕਰਦਾ, ਲੇਕਿਨ ਸਮਝ ਲੱਗਦੀ ਆ ਵੀ ਕਹਿੰਦੀ ਕੀ ਹੈ। ਜਦੋਂ ਇਹ ਸਮਝਣ ਲੱਗਣ ਲੱਗ ਜਾਂਦੀ ਹੈ, ਫਿਰ ਸਾਨੂੰ ਅੱਜ ਤੱਕ, ਮੈਂ ਤਾਂ ਆਪ ਕਹਿੰਦਾ ਵੀ ਮੈਨੂੰ ਮੇਰੇ ਚਾਹੇ ਮੇਰੀ ਸਾਫ਼ ਸੂਤ ਨਹੀਂ ਹੈਗੀ, ਪਰ ਗੁਰਬਾਣੀ ਦਾ ਕੋਈ ਵੀ ਸ਼ਬਦ ਮੇਰੇ ਕੰਨਾਂ 'ਚ ਵੜਨ ਲੱਗਿਆ ਬਾਹਰ ਨਹੀਂ ਨਿਕਲਦਾ, ਪੂਰਾ ਸਮਾਜ ਦੇ ਵਿੱਚ। ਇਹੀ ਅੱਜ ਗੱਲ ਕਰਨੀ ਸੀ ਧਾਰਮਿਕ ਤੌਰ 'ਤੇ। ਮੈਂ ਤਰਕਵਾਦੀ ਹਾਂ, ਮੈਂ ਤਰਕ ਕਰਦਾ ਹਾਂ, ਲੇਕਿਨ ਗੁਰਬਾਣੀ ਵੀ ਤਰਕ ਕਰਦੀ ਹੈ, ਬਹੁਤ ਸਾਰੀਆਂ ਗੱਲਾਂ ਕਹਿੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਵਰਣ ਵਿਵਸਥਾ ਦੇ ਉਲਟ ਸਿੱਧਾ ਹੀ ਜਪਜੀ ਸਾਹਿਬ ਦੇ ਵਿੱਚ ਲਿਖਤਾ, ਚੌਂ ਵਰਣੋਂ ਕੋ ਸੇ ਉਪਦੇਸ਼, ਉਸ ਪੰਡਿਤ ਕੋ ਸਦਾ ਆਦੇਸ਼। ਜਿਹੜਾ ਸਾਰੇ ਵਰਣਾਂ ਨੂੰ, ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ, ਸਾਰੇ ਬ੍ਰਾਹਮਣਾਂ ਨੂੰ ਬਰਾਬਰ ਪੜ੍ਹਾਉਂਦਾ ਨਾ, ਉਸ ਪੰਡਿਤ ਨੂੰ, ਉਸ ਮਾਸਟਰ ਨੂੰ ਮੈਂ, ਉਸ ਅਧਿਆਪਕ ਨੂੰ ਮੈਂ ਦੱਸ ਪ੍ਰਣਾਮ ਕਰਦਾ, ਗੁਰੂ ਨਾਨਕ ਦੇਵ ਜੀ ਕਹਿੰਦੇ। ਸੋ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਬਰਾਬਰ ਪੜ੍ਹਾਇਆ। ਸੋ ਇਹ ਸਾਡੇ ਰਹਿਬਰਾਂ ਦੇ ਸਾਡਾ ਸੰਦੇਸ਼ ਸੀ ਵੀ ਅਸੀਂ ਬਾਣੀ ਨੂੰ ਸਮਝਣਾ ਹੈ, ਸਮਝ ਕੇ ਅਸੀਂ ਸਮਝਾਉਣਾ ਵੀ ਆ ਆਪਣੇ ਸਾਥੀਆਂ ਨੂੰ। ਆਪਾਂ ਅੱਜ ਜਿਹੜੀਆਂ ਗੱਲਾਂ ਕੀਤੀਆਂ, ਮੈਨੂੰ ਲੱਗਦਾ ਵੀ ਸਾਰਿਆਂ ਨੂੰ ਪਸੰਦ ਆਈਆਂ ਹੋਣਗੀਆਂ। ਸੋ ਜੋ ਮੇਰੇ ਕੋਲ ਕੋਈ ਕਮੀ ਪੇਸ਼ੀ ਹੈ, ਮੈਂ ਭਾਈ
ਇਹ ਕਹਿਣਾ ਚਾਹੁੰਦਾ ਸਾਰੇ ਦੋਸਤਾਂ ਨੂੰ ਕਿ ਮੈਂ ਆਪਣੇ ਦੁਕਾਨ 'ਚ ਬੈਠਾ, ਇਸੇ ਕਰਕੇ ਬੈਠਾ ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਅਸੀਂ ਮਰਿਆਦਾ ਪੂਰੀ ਕਰਦੇ ਹਾਂ, ਪਰ ਜੋ ਦੇਖਦੇ ਹਾਂ ਕਈ ਵਾਰੀ ਛੱਡਣਾ ਪੈਂਦਾ, ਭੁੱਲਣਾ ਪੈਂਦਾ, ਕਿਉਂਕਿ ਜੋ ਜਾਣਦਾ ਨਹੀਂ ਉਹ ਸਾਨੂੰ ਸਿਖਾ ਰਿਹਾ, ਜੋ ਬਾਣੀ ਨੂੰ ਸਮਝਦਾ ਉਹ ਸਾਨੂੰ ਨਹੀਂ ਸਿਖਾ ਰਿਹਾ। ਸੋ ਇਹੀ ਸ਼ਬਦਾਂ ਦਾ ਕਹਿਣਾ ਖੇਵਾਂ ਦਾ ਜਾਚਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।